ਸਤਿ ਸ਼੍ਰੀ ਅਕਾਲ ਜੀ ਖਬਰ ਮਜਾਪ ਚੈਨਲ ਦੇਖ ਰਹੇ ਸਰ ਹੀ ਦਰਸ਼ਕਾਂ ਦਾ ਸਵਾਗਤ ਹੈ ਕੈਨੇਡਾ ਦੇ ਦੋ ਸੂਬਿਆਂ ਵੱਲੋਂ ਨਵੇਂ ਇਮੀਗ੍ਰੇਸ਼ਨ ਡਰਾ ਕੱਢੇ ਗਏ ਨੇ ਅਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਅਤੇ ਹੁਣ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲੋਂ ਟੈਕ ਪਾਇਲਟ ਡਰਾ ਕੱਢਿਆ ਗਿਆ ਅਤੇ ਐਕਸਪ੍ਰੈਸ ਐਂਟਰੀ BC ਐਂਡ ਸਕਿਲਡ ਇਮੀਗ੍ਰੇਸ਼ਨ ਸਟ੍ਰੀਮ ਦੀਆਂ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਕੈਟਾਗਰੀ ਵਿੱਚ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਬ੍ਰਿਟਿਸ਼ ਕੋਲੰਬੀਆ ਵੱਲੋਂ 15 ਦਸੰਬਰ 2020 ਨੂੰ ਕੱਢੇ ਗਏ ਇਸ ਡਰਾਅ ਵਿੱਚ ਕੁੱਲ 92 ਇਨਵਿਟੇਸ਼ਨਜ਼ ਜਾਰੀ ਕੀਤੇ ਗਏ ਨੇ ਅਤੇ ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵੱਲੋਂ ਟੈਕ ਪਾਇਲਟ ਡਰਾ 1 ਦਸੰਬਰ 2020 ਨੂੰ ਕੱਢਿਆ ਗਿਆ ਸੀ ਜਿਸ ਵਿੱਚ 68 ਇਨਵਿਟੇਸ਼ਨਜ਼ ਜਾਰੀ ਕੀਤੇ ਗਏ ਸੀ ਹੁਣ ਗੱਲ ਹੈ ਕੈਨੇਡਾ ਦੇ ਸੂਬੇ 온ਟਾਰੀਓ ਵੱਲੋਂ ਕੱਢੇ ਗਏ ਡਰਾਅ ਵੱਲ ਕੈਨੇਡਾ ਦੇ ਸੂਬੇ 온ਟਾਰੀਓ ਨੇ ਵੀ 15 ਦਸੰਬਰ 2020 ਨੂੰ ਟੈਕ ਡਰਾ ਕੱਢਿਆ ਹੈ ਅਤੇ ਕੱਢੇ ਗਏ ਇਸ ਡਰਾਅ ਵਿੱਚ ਕੁੱਲ 668 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨਾਮੀਨੇਸ਼ਨ ਵਾਸਤੇ ਅਪਲਾਈ ਕਰਨ ਲਈ ਇਨਵਾਈਟ ਕੀਤਾ ਗਿਆ ਹੈ ਇੱਕ ਵਾਰ ਫਿਰ ਦੱਸ ਦਈਏ ਕਿ ਟੋਟਲ 668 ਐਨਓਆਈਐਸ ਯਾਨੀ ਕਿ ਨੋਟੀਫਿਕੇਸ਼ਨ ਆਫ ਇੰਟਰਸਟ ਜਾਰੀ ਕੀਤੇ ਗਏ ਨੇ 15 ਦਸੰਬਰ ਨੂੰ ਕੱਢੇ ਗਏ ਇਸ ਟੈਕਕ ਡਰਾਅ ਵਿੱਚ ਕੈਨੇਡਾ ਤੇ ਦੇਸ਼ ਦੁਨੀਆ ਨਾਲ ਜੁੜੀਆਂ ਹੋਰ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬਿਊਰੋ ਰਿਪੋਰਟ ਖਬਰ ਪੰਜਾਬੀ